ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਨਾਮਦੀਪ ਕਿਚਨ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਉਹ ਹੈਗਾ ਜੀ ਘੀਏ ਦੀ ਬਰਫੀ ਸੋਰੀ ਕੱਦੂ ਦੀ ਘੀਏ ਦੀ ਖੀਰ ਕੱਟ ਦਿਓ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਤੁਹਾਡੇ ਲਈ ਉਹ ਹੈਗੀ ਹੈ ਜੀ ਕੱਦੂ ਦੀ ਖੀਰ ਘੀਏ ਦੀ ਖੀਰ ਲੌਕੀ ਦੀ ਖੀਰ ਜੋ ਵੀ ਤੁਸੀਂ ਬੋਲਦੇ ਜੇ ਤੇ ਜਿਸ ਤਰ੍ਹਾਂ ਹੁਣ ਸੀਜ਼ਨ ਚੇਂਜ ਹੋ ਰਿਹਾ ਤੇ ਜਿਹੜਾ ਸਬਜ਼ੀ ਖਾਣ ਨੂੰ ਮਨ ਨਹੀਂ ਕਰਦਾ ਸੋ ਆਓ ਅਸੀਂ ਅੱਜ ਬਣਾਉਂਦੇ ਹਾਂ ਜੀ ਖੀਰ ਇਹ ਅਸੀਂ ਰੱਖ ਲਈ ਹੈ ਜੀ ਗੈਸ 'ਤੇ ਕੜਾਹੀ ਇੱਧਰ ਜਿਹੜਾ ਘੀਆ ਸੀ ਉਹ ਆਪਾਂ ਕੱਦੂਕਸ ਕਰ ਲਿਆ ਅਤੇ ਇਹਨੂੰ ਅਸੀਂ ਇਸ ਤਰ੍ਹਾਂ ਹੀ ਪਾ ਦਾਂਗੇ ਵਿੱਚ ਇਹਦੇ ਕੁਛ ਨਹੀਂ ਪਾਇਆ ਕੋਈ ਘਿਓ ਨਹੀਂ ਕੋਈ ਕੁਛ ਨਹੀਂ ਪਾਇਆ ਥੋੜ੍ਹੀ ਕੁ ਦੇਰ ਅਸੀਂ ਇਸ ਤਰ੍ਹਾਂ ਇਹਨੂੰ ਪਕਾ ਲਾਂਗੇ ਇਹਦਾ ਥੋੜ੍ਹਾ ਜਿਹਾ ਪਾਣੀ ਸੁੱਕ ਜਾਏਗਾ ਪਾਣੀ ਵੀ ਨਹੀਂ ਅਸੀਂ ਇਹਦੇ 'ਚੋਂ ਨਿਚੋੜਿਆ ਕਿਉਂਕਿ ਜੇ ਬਰਫੀ ਬਣਾਉਣੀ ਹੋਏ ਫਿਰ ਤੁਸੀਂ ਪਾਣੀ ਨਿਚੋੜ ਲਓ ਇਹਦਾ ਕੱਢ ਲਓ ਪਰ ਜਦੋਂ ਖੀਰ ਬਣਾਉਣੀ ਆ ਫਿਰ ਕੋਈ ਲੋੜ ਨਹੀਂ ਆ ਕਿ ਪਾਣੀ ਨਿਚੋੜਨਾ ਕਿਉਂਕਿ ਪਾਣੀ ਤਾਂ ਇਹਦੇ 'ਚ ਸਗੋਂ ਪਾਣੀ ਦੇ ਨਾਲ ਗਲ ਜਾਏਗਾ ਛੇਤੀ ਇਹ ਸਾਡਾ ਲਾਸਟ ਘੀਆ ਸੀ ਅੱਜ ਅਸੀਂ ਵੇਲ ਘੀਆਂ ਦੀ ਕੱਟਤੀ ਆ ਸੋ ਅਸੀਂ ਸੋਚਿਆ ਕਿ ਚਲੋ ਅੱਜ ਆਪਾਂ ਜਿਹੜੀ ਆ ਇਹ ਖੀਰ ਬਣਾ ਲੈਂਦੇ ਪਹਿਲਾਂ ਸੋਚਿਆ ਸੀ ਬਰਫੀ ਬਣਾਵਾਂਗੇ ਫਿਰ ਬਰਫੀ ਇਹ ਸੀ ਕਿ ਉਹ ਵਿੱਚੋਂ ਜਿਹੜਾ ਸੀ ਕਰਨਾ ਸੀ ਵਿੱਚੋਂ ਗੁੱਦਾ ਕੱਢਣਾ ਸੀ ਉਹ ਕੱਢਿਆ ਨਹੀਂ ਗਿਆ ਅਤੇ ਮੈਂ ਕਿਹਾ ਚਲੋ ਖੀਰ ਬਣਾ ਲੈਂਦੇ ਹਾਂ ਆਪਾਂ ਅਤੇ ਤੁਸੀਂ ਦੇਖ ਸਕਦੇ ਵਿੱਚ ਵਿੱਚ ਇਹਦੇ ਬੀਜ਼ ਵੀ ਹੈਗੇ ਪਰ ਬੀਜ਼ ਪੱਕੇ ਨਹੀਂ ਆ ਕੱਚੇ ਹੀ ਆ ਕਿਤੇ ਕਿਤੇ ਕੋਈ ਕੋਈ ਰਹਿ ਗਿਆ ਅਤੇ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਪਕਾ ਲਾਂਗੇ ਇੱਧਰ ਮੈਂ ਡਰਾਈ ਫਰੂਟ ਲੈ ਲਏ ਆ ਇਹਨੂੰ ਕੱਟ ਲਾਂਗੇ ਇਹ ਆਪਸ਼ਨਲ ਆ ਜੇ ਤੁਸੀਂ ਪਾਉਣੇ ਤਾਂ ਪਾ ਸਕਦੇ ਜੇ ਨਹੀਂ ਤਾਂ ਇਸ ਤਰ੍ਹਾਂ ਵੀ ਬਣ ਜਾਂਦੀ ਖੀਰ ਕੋਈ ਜ਼ਰੂਰੀ ਨਹੀਂ ਆ ਕਿ ਤੁਸੀਂ ਪਾਉਣੇ ਜ਼ਰੂਰੀ ਇਹ ਮੈਂ ਲਏ ਥੋੜ੍ਹੀ ਜਿਹੀ ਕਾਜੂ ਮਗਜ ਬਦਾਮ ਅਤੇ ਸੌਗੀ ਜਿਹਨੂੰ ਆਪਾਂ ਕਿਸਮਿਸ ਵੀ ਬੋਲ ਦਿੰਦੇ ਹਾਂ ਕਿਸ਼ਮਿਸ਼ ਵੀ ਬੋਲ ਦਿੰਦੇ ਹਾਂ ਅਤੇ ਇਹ ਲਈਆਂ ਮੈਂ 4 ਇਲਾਚੀਆਂ ਇਹ ਮੈਂ ਹੁਣੇ ਨਾਲ ਹੀ ਕੁੱਟ ਕੇ ਪਾ ਦੇਣੀਆਂ ਫ੍ਰੈਗਨੈਂਸ ਲਈ ਸੌਫਟ ਹੋ ਗਿਆ ਪਰ ਥੋੜ੍ਹਾ ਹੋਰ ਹੋ ਜਾਵੇ ਫਿਰ ਅਸੀਂ ਇਹਦੇ 'ਚ ਜਿਹੜਾ ਦੁੱਧ ਐਡ ਕਰਾਂਗੇ ਦੁੱਧ ਜਿਹੜਾ ਮੈਂ ਗਰਮ ਕਰਕੇ ਰੱਖ ਲਿਆ ਕਿਉਂਕਿ ਗਰਮ ਦੁੱਧ ਹੋਏਗਾ ਤਾਂ ਫਿਰ ਜਿਹੜਾ ਜੇ ਆਪਾਂ ਇਹਦੇ 'ਚ ਠੰਡਾ ਦੁੱਧ ਪਾਵਾਂਗੇ ਤਾਂ ਜ਼ਿਆਦਾ ਟਾਈਮ ਘੀਆ ਗਲਣ ਨੂੰ ਜਿਹੜਾ ਲੱਗੇਗਾ ਕੱਦੂ ਗਲਣ ਨੂੰ ਸੋ ਦੁੱਧ ਮੈਂ ਗਰਮ ਕਰਕੇ ਰੱਖ ਲਿਆ ਲਾਗੇ ਉਹ ਹੀ ਗਰਮ ਕੀਤਾ ਹੋਇਆ ਦੁੱਧ ਹੀ ਪਾਵਾਂਗੇ ਉਹਦੇ ਨਾਲ ਇਹ ਕਿ ਟਾਈਮ ਵੀ ਘੱਟ ਲੱਗੂਗਾ ਪਹਿਲਾਂ ਵੀ ਭਾਬੀ ਜੀ ਨੇ ਦੁੱਧ ਗਰਮ ਕੀਤਾ ਸੀਗਾ ਪਰ ਉਹ ਦੁੱਧ ਉੱਬਲ ਗਿਆ ਪਤਾ ਨਹੀਂ ਕਿਤੇ ਕੰਮ ਚਲੇ ਗਏ ਅਤੇ ਸਾਰਾ ਖਲਾਰਾ ਪੈ ਗਿਆ ਰਸੋਈ ਵਿੱਚ ਫਿਰ ਉਹ ਸਾਫ਼ ਸਫਾਈ ਕੀਤੀ ਅਤੇ ਹੁਣ ਦੁਬਾਰਾ ਫਿਰ ਸ਼ੁਰੂ ਕੀਤਾ ਕੰਮ ਨਹੀਂ ਮੈਂ ਆਪਣੇ ਵੱਲੋਂ ਸਿਮ 'ਤੇ ਰੱਖ ਗਈ ਪਰ ਮੈਨੂੰ ਚੇਤੇ ਹੀ ਭੁੱਲ ਗਿਆ ਕਿ ਮੈਂ ਫੁੱਲ 'ਤੇ ਰੱਖਿਆ ਅਤੇ ਦੁੱਧ ਹੋਣੀ ਸਾਰੇ ਉੱਬਲ ਉੱਬਲ ਕੇ ਸਾਰੀ ਕਿਚਨ ਜਿਹੜੀ ਆ ਕਿ ਉਹ ਤੁਹਾਨੂੰ ਪਤਾ ਹੀ ਹੈ ਜਦੋਂ ਦੁੱਧ ਉੱਬਲ ਜਾਵੇ ਤਾਂ ਫਿਰ ਸਾਂਭਣਾ ਕਿੰਨਾ ਔਖਾ ਆ ਬੜਾ ਔਖਾ ਆ ਦੁੱਧ ਸਾਂਭਣਾ ਸੋ ਇਹ ਹੈ ਕਿ ਜਦੋਂ ਦੁੱਧ ਰੱਖੋ ਤਾਂ ਲਾਗੇ ਖਲੋ ਤਾਂ ਚੰਗੀ ਗੱਲ ਆ ਕਈ ਵਾਰ ਇੰਝ ਹੁੰਦਾ ਵੀ ਲਾਗੇ ਖਲੋਤੇ ਖਲੋਤੇ ਵੀ ਉੱਬਲ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਇਹ ਤਾਂ ਤਕਰੀਬਨ ਮੰਮ ਜੀ ਕੋਲ ਹੁੰਦਾ ਆ ਜਦੋਂ ਮੰਮ ਜੀ ਬੈਠੇ ਹੁੰਦੇ ਤਾਂ ਲਾਗੇ ਹੀ ਉੱਬਲ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਫਿਰ ਕਹਿੰਦੇ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਸਫਾਈਆਂ ਕਰਨੀਆਂ ਭਾਬੀ ਜੀ ਸਾਰੀਆਂ ਫਿਰ ਸਫਾਈਆਂ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਮੈਂ ਸਾਰੀਆਂ ਸਫਾਈਆਂ ਕਰ ਲਈਆਂ ਸੀ ਪਰ ਡਸਟੀ ਬੜੀ ਆਉਣ ਡਈ ਹੈ ਪਤਾ ਨਹੀਂ ਉਹ ਝੋਨੇ ਦੀ ਵਾਢੀ ਕਰਕੇ ਅਤੇ ਦੂਸਰਾ ਉਹਦੇ ਕਰਕੇ ਨਾ ਕੁਛ ਪੈਲੀਆਂ ਨੂੰ ਵਾਹੁਣ ਵੀ ਡਏ ਕਣਕ ਵਾਸਤੇ ਵੀ ਤਿਆਰ ਕਰਨ ਡੇ ਆ ਅਤੇ ਉਹਦੇ ਕਰਕੇ ਜਿਹੜਾ ਹੈ ਕਿ ਸਫਾਈ ਕੀਤੀ ਨਾ ਕੀਤੀ ਇੱਕ ਬਰਾਬਰ ਹੀ ਹੋ ਗਈ ਹੈ ਮੈਂ ਤਾਂ ਆਪਣੇ ਵੱਲੋਂ ਪੂਰੀ ਕਰ ਲਈ ਚਲੋ ਇਹ ਕਰਟਨ ਕੁਰਟਨ ਦੇ ਧੋ ਕੇ ਲੱਗ ਗਏ ਨਾ ਸਾਰਾ ਕੁਛ ਹੋ ਗਿਆ ਉਹ ਤਾਂ ਕੱਢਣੀ ਪੈਣੀ ਲਓ ਜੀ ਘੀਆ ਹੋ ਗਿਆ ਸੌਫਟ ਅਤੇ ਹੁਣ ਮੈਂ ਇਹਦੇ 'ਚ ਦੁੱਧ ਐਡ ਕਰਦਾ ਜੀ
दुध कितना पाया तुसी? दुध मैं तो अद्धा किलो पाया क्योंकि छोटा सी की है मेरे को। तुहाडे अंदाजे नाल किन्ना होएगा? अंदाजे नाल होएगा कि छोटा जा की है, तुम्हें ला लो अद्धा किलो तो घट सी, तो अद्धा किलो मैं दुध पा लिया। दुध मैं थोड़ा जा होर पाऊंगी, थोड़ा मैं विच दूसरा सुका दुध भी ऐड करूंगी। बीज की कोई गल नहीं, एक दो ही है, वह भी सॉफ्ट आ। उस तरह भी तो आप जड़े आ खरबूजे के हदवाने के कद्दू के बीज जो आप ड्राई बनाने कोई पिनिया वगैरह तो उन्होंने पाने, ये कोई माड़ी चीज़ थोड़ी है। जो पैक भी गया तो एकदम एक दो जो पै भी गए तो कोई गल नहीं, कितनी वधिया लगती भी ना ये। बस हूँ मैं सोचती हूँ टाके सिम ते रख के तो टाके पकानी है, फिर मैं ये थोड़ा जहा ना सुका दुध जो हों मिल्क पाउडर वो ऐड करांगी, जो नहीं है मिल्क मेड नहीं ड्राई मिल्क पाउडर, तो जे तुहाडे कोल नहीं हैगा तो तुसीं इहदे विच जिहड़ा आ मलाई पा लो थोड़ी जी, उहदे नाल आ कि बड़ी स्वाद लगती है। कई बार मिल्क मेड भी यूज करते हो का नहीं? मिल्क मेड भी यही काम करता है, पर जिहड़ी घर च चीज हैगी उहदी तुसीं वरत लो ते वधिया करा। हूँ मेरे को हैगा है, मिल्क पाउडर हैगा तो मैं वह पा लाँगी। खुशबू कितनी सोहनी है। लो जी थोड़ी देर आप इन ढक के पका लेंगे, सिम ते कर देंगे। ये मैं ले लिया जी अद्धी कौली मिल्क पाउडर, तो इनू मैं ना पहलो ही आप जड़ा नहीं तो ये ढिलिया ढिलिया बन जा, इनू असी थोड़ा जहा दुध पा के पानी पा लो या दुध पा लो तो असी इस तरह चंगी तरह का घोल जहा बना लेंगे। लो जी ये दुध आप बना लिया, चंगी तरह घोल के रख लिया। हम आप चेक कर दे एक बार इधर भी, थोड़ी देर और पका लें, पांच मिनट ड्राई फ्रूट पा दो। चीनी पाओ या गुड़ पाओ? शक्कर पाओ। शक्कर पाओ। की हो गया? भूख लगी? लो जी सावल नू खीर बनदी पई अजे, पर सावल कहिंदा मैनू ते भुख लगी मम्मा बहुत ज्यादा। शक्कर फिर लास्ट च पाउने है ना? ठीक है, क्योंकि नहीं तो फिर कई बार फुट जाता है। तुसी इहदे च खंड भी पा सकते जे, तो शक्कर भी पा सकते, गुड़ पा सकते जे, पर जे गुड़ ऐड करना तो गुड़ जिहड़ा है जदों बन जाए सब तो बाद च ऐड करियो, नहीं तो ये जड़े आ फुटिया जी बन जानिया, फुट भी सकती है। कई बार जड़ा गुड़ा वो ज़्यादा जो सोडा हो फिर वो फट जाती खीर। हूँ असी ये जड़ा असी ड्राई मिल्क लिया से आप बना लिया मिल्क, ये ऐड कर देंगे। किन्ना सोहना बन गया, किन्नी सोहनी बन गई। पहला भी संघनी लगती पी सी वैसे, पर वो ड्राई मिल्क पाउन होर भी होगी ना, ये बड़ी वधिया क्रीमी जी बननी है, जिस तरह खोआ पाया हों ना चंगा। हूँ इन रिझन देने थोड़ी देर, तो मैं लैव शक्कर। मैं इनू टेस्ट कर लिया, थोड़ी जी विच शक्कर पा के बहुत वधिया बन गई आ, बहुत ही स्वाद बनी आ। तुसी कहना हर वारी कहिंदे कि बहुत स्वाद बनी है, तो वाकई ही बड़ी स्वाद बनती है चीज़। वैसे भी जे रीजनल चीज़ बनाओ तो हर चीज़ स्वाद बनती है, चाहे वह कुरसैली होवे चाहे वह मिठी होवे।
ਕਸੈਲੀ ਕਸੈਲੀ ਅੱਛਾ ਲਓ ਜੀ ਸ਼ੱਕਰ ਐਡ ਕਰ ਦਿੰਦੇ ਆ ਗੋੜ ਖੰਡ ਨਾਲੋਂ ਜਿਹੜਾ ਆ ਚੀਨੀ ਨਾਲੋਂ ਇਹ ਹੈਲਦੀ ਆ ਸੋ ਇਸ ਕਰਕੇ ਮੈਂ ਇਹੀ ਪਾਇਆ ਦੋ ਕੜਛੀਆਂ ਮੈਂ ਐਡ ਕਰਤੀਆਂ ਅਤੇ ਜਿਹੜਾ ਆ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਇਹਦੇ 'ਚ ਵੱਧ ਘੱਟ ਪਾ ਸਕਦੇ ਜੇ ਲਓ ਜੀ ਕੀ ਇਹਦੀ ਗੁੜ ਵਾਲੀ ਖੀਰ ਤਿਆਰ ਆ ਅਤੇ ਜੇ ਸਾਡੀ ਰੈਸਪੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਅਤੇ ਬਾਕੀ ਤੁਸੀਂ ਹੁਣ ਕਲਰ 'ਤੇ ਨਾ ਚਾਹਿਓ ਕਿ ਤੁਸੀਂ ਕਲਰ ਕਿਸ ਤਰ੍ਹਾਂ ਦਾ ਕਰ ਲਿਆ ਕਲਰ ਜਿਹੜਾ ਆ ਗੁੜ ਪਾਉਣ ਨਾਲ ਹੋ ਗਿਆ ਮਤਲਬ ਕਿਸ ਤਰ੍ਹਾਂ ਦਾ ਹੋ ਜਾਂਦਾ ਅਤੇ ਇਹਨੂੰ ਜਿਹੜਾ ਆ ਤੁਸੀਂ ਖੰਡ ਪਾ ਕੇ ਵੀ ਬਣਾ ਸਕਦੇ ਜੇ ਪਰ ਸ਼ੱਕਰ ਨਾਲ ਜ਼ਿਆਦਾ ਸਵਾਦ ਲੱਗਦੀ ਹੈ ਸ਼ੱਕਰ ਨਾਲ ਪਤਾ ਕੀ ਹੈ ਥੋੜ੍ਹਾ ਇਹ ਕਿ ਹੈਲਦੀ ਹੋ ਜਾਂਦੀ ਫਿਰ ਖੰਡ ਖਾ ਖਾ ਕੇ ਅਤੇ ਸ਼ੂਗਰ ਹੀ ਕਰਨੀ ਹੈ ਵੈਸੇ ਗੁੜ ਨਾਲ ਵੀ ਕਹਿੰਦੇ ਸ਼ੂਗਰ ਹੁੰਦੀ ਹੈ ਲਓ ਜੀ ਪਲੇਟਿੰਗ ਕਰ ਦਿੱਤੀ ਅਸੀਂ ਥੋੜ੍ਹੇ ਜਿਹੇ ਆਪਾਂ ਗਾਰਨਿਸ਼ ਕਰ ਦਈਏ ਥੋੜ੍ਹੇ ਜਿਹੇ ਡਰਾਈ ਫਰੂਟਸ ਲਓ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਸਾਡੀ ਰੈਸਪੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਵੀਡੀਓਜ਼ ਦੇਖਣ ਲਈ ਜੇ ਚੈਨਲ 'ਤੇ ਪਹਿਲੀ ਵਾਰ ਆਏ ਜੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ